ਜਿੰਨਾ ਇਹਨਾਂ ਨੇ ਕੰਮ ਕੀਤਾ ਆਪ ਪਾਰਟੀ ਨੇ, ਇੰਨਾ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ। ਮੁਹੱਲਾ ਕਲੀਨਿਕ ਬਣਾਏ ਨੇ, ਇਹਦੇ ਵਿੱਚ ਲੋਕਾਂ ਨੂੰ ਕਿੰਨਾ ਫਾਇਦਾ? ਬਹੁਤ 100% ਫਾਇਦਾ ਜੀ। ਇਹ ਦਵਾਈ ਆ, ਦਵਾਈ ਬਹੁਤ ਵਧੀਆ ਦੇ ਰਹੇ ਨੇ। ਮੈਂ ਇਸ ਦਿਨ ਦਵਾਈ ਖਾਣ ਲੱਗਿਆ, ਮੈਂ ਬਹੁਤ ਠੀਕ ਹੋ ਗਈ, ਮੇਰੀ ਲੱਤ ਬੜੀ ਦੁਖਦੀ ਸੀਗੀ। ਅਤੇ ਸਾਡੀਆਂ ਮੋਟਰਾਂ ਬਿਲਕੁਲ ਹੀ ਮਤਲਬ ਕਿ ਚੱਲ ਰਹੀਆਂ ਨੇ, 24 ਘੰਟੇ ਚੱਲ ਰਹੀ ਹੈਗੀ। ਜਦ ਜਾਓ ਉਹਦੀ ਨਾਲ ਦੀ ਨਾਲ ਸਾਨੂੰ ਬਿਜਲੀ ਤਾਂ ਮਿਲਦੀ ਹੈਗੀ ਜੀ। ਕਦੇ ਘਰ ਦੀ ਲਾਈਟ ਨਹੀਂ ਗਈ ਸਾਡੀ, ਇੱਦੋਂ ਵਧੀਆ ਸਰਕਾਰ ਕੋਈ 75 ਸਾਲ ਦੇ ਅੰਦਰ ਅੰਦਰ ਆਈ। ਬਾਬੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਰਤਾਰ ਦਾਸ ਹੈ ਜੀ। ਕਿੱਥੋਂ? ਪਿੰਡ ਸ਼ਾਜਲੀ ਜੀ। ਕਰਤਾਰ ਸਿੰਘ ਜੀ, ਅੱਜ 2 ਸਾਲ ਪੂਰੇ ਹੋਏ ਨੇ ਪੰਜਾਬ ਸਰਕਾਰ ਦੇ, ਕਿਸ ਤਰ੍ਹਾਂ ਲੱਗਦਾ ਤੁਹਾਨੂੰ ਸਰਕਾਰ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਆ, ਚਾਹੇ ਉਹ ਮੁਹੱਲਾ ਕਲੀਨਿਕ ਹੈ, ਚਾਹੇ ਉਹ 300 ਯੂਨਿਟ ਮਾਫ ਹੈ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿੰਦੇ ਨੇ ਜੀ, ਜਿੰਨਾ ਇਹਨਾਂ ਨੇ ਕੰਮ ਕੀਤਾ ਆਪ ਪਾਰਟੀ ਨੇ, ਇੰਨਾ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ ਜੀ। ਇਹ ਤਾਂ ਜੀ ਸਾਰੀਆਂ ਸਿਹਤ ਸਹੂਲਤਾਂ, ਬਿਜਲੀ ਮਾਫ, ਅਤੇ ਸਾਡੀਆਂ ਮੋਟਰਾਂ ਬਿਲਕੁਲ ਹੀ ਮਤਲਬ ਕਿ ਚੱਲ ਰਹੀਆਂ ਨੇ, 24 ਘੰਟੇ ਚੱਲ ਰਹੀ ਹੈਗੀ। ਜਦ ਜਾਓ ਉਹਦੀ ਨਾਲ ਦੀ ਨਾਲ ਸਾਨੂੰ ਬਿਜਲੀ ਤਾਂ ਮਿਲਦੀ ਹੈਗੀ ਹੈ ਜੀ। ਕਦੇ ਘਰ ਦੀ ਲਾਈਟ ਨਹੀਂ ਗਈ ਸਾਡੀ, ਇੱਦੋਂ ਵਧੀਆ ਸਰਕਾਰ ਕੋਈ 75 ਸਾਲ ਦੇ ਅੰਦਰ ਅੰਦਰ ਆਈ ਨਹੀਂ। ਜਿਹੜੇ ਮੁਹੱਲਾ ਕਲੀਨਿਕ ਬਣਾਏ ਨੇ, ਇਹਦੇ ਵਿੱਚ ਲੋਕਾਂ ਨੂੰ ਕਿੰਨਾ ਕੁ ਫਾਇਦਾ? ਬਹੁਤ 100% ਫਾਇਦਾ ਜੀ। ਫ੍ਰੀ ਦਵਾਈ ਹੈ ਜੀ। ਸਾਡੇ ਡਾਕਟਰ ਸਾਹਿਬ ਇਹੋ ਜਿਹੇ ਮਤਲਬ ਕਾਬਲ, ਮਤਲਬ ਕਿ ਜਿਹੜੇ ਸਾਰਿਆਂ ਨੂੰ ਬਾਪੂ ਜੀ ਕਹਿੰਦੇ ਨੇ, ਮਾਤਾ ਜੀ ਕਹਿੰਦੇ ਨੇ, ਇੱਦੋਂ ਵੱਧ ਹੋਰ ਕੀ ਹੋ ਸਕਦਾ ਹੈਗਾ। ਖੁਸ਼ ਹੋ ਤੁਸੀਂ? ਹਾਂ ਜੀ, ਹੱਦੋਂ ਵੱਧ, ਬਹੁਤ ਹੀ ਜ਼ਿਆਦਾ ਖੁਸ਼ ਲੱਗਦਾ ਵੀ ਅਗਲੇ 3 ਸਾਲਾਂ 'ਚ ਜਿਹੜੇ ਕੰਮ ਰਹਿੰਦੇ ਆ ਉਹ ਪੂਰੇ ਹੋਣਗੇ। ਹਾਂ ਜੀ, ਹਾਂ ਜੀ, ਸਾਰਾ ਕੁਛ ਹੀ ਹੋਊਗਾ ਜੀ। ਹਾਂ ਜੀ, 5 ਸਾਲਾਂ 'ਚ ਦੇਖਿਆ ਤਾਂ ਸੀ ਕਿ ਮਤਲਬ ਸੁਧਾਰ ਆ ਜਾਣਾ ਇਸ ਪੰਜਾਬ ਦਾ, ਬਦਲ ਜਾਣਾ ਸਾਰਾ ਬਿਲਕੁਲ ਹੀ। ਕੀ ਨਾਮ ਹੈ ਮਾਤਾ ਜੀ ਤੁਹਾਡਾ? ਮਨਜੀਤ ਕੌਰ। ਅਮਨਜੀਤ ਕੌਰ ਜੀ, ਅੱਜ 2 ਸਾਲ ਪੂਰੇ ਪੰਜਾਬ ਸਰਕਾਰ ਦੇ, ਕਿਵੇਂ ਲੱਗਦਾ ਤੁਹਾਨੂੰ? ਕਿਹੜੇ ਕੰਮ ਕੀਤੇ ਆ, ਚਾਹੇ ਉਹ ਮੁਹੱਲਾ ਕਲੀਨਿਕ ਹੈ, ਚਾਹੇ ਉਹ ਬਿਜਲੀ ਮੁਫਤ ਦੀ ਗੱਲ ਕਰੀਏ, ਚਾਹੇ ਹੋਰ ਵੀ ਕੰਮ ਹੈਗਾ, ਕੀ ਲੱਗਦਾ ਸਰਕਾਰ ਨੇ ਕੰਮ ਵਧੀਆ ਕੀਤੇ? ਬਹੁਤ ਵਧੀਆ ਕਰਿਆ ਜੀ, ਬਹੁਤ ਹਰ ਇੱਕ ਪਾਸੇ ਬਹੁਤ ਵਧੀਆ ਕੰਮ ਕਰਿਆ ਜੀ। ਬਾਕੀ ਦਵਾਈ ਆ, ਦਵਾਈ ਬਹੁਤ ਵਧੀਆ ਦੇ ਰਹੇ ਨੇ। ਮੈਂ ਇਸ ਦਿਨ ਦਵਾਈ ਖਾਣ ਲੱਗਿਆ, ਮੈਂ ਬਹੁਤ ਠੀਕ ਹੋ ਗਈ, ਮੇਰੀ ਲੱਤ ਬੜੀ ਦੁਖਦੀ ਸੀਗੀ। ਮੈਂ ਠੀਕ ਹੋ ਰਹੀ ਹਾਂ ਜੀ, ਪਹਿਲਾਂ ਕੋਈ ਨਹੀਂ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਬਹੁਤ ਵਧੀਆ ਦੀ ਜੀ। ਸਾਡੇ ਕੋਲ ਦੇਖੋ ਰੈਗੂਲਰ ਓਪੜੀ ਹੈਗੀ ਜਿਹੜੀ ਆਪਣੀ 100 ਅਬਵ ਰਹਿ ਰਹੀ ਹੈ, 100 ਤੋਂ 150 ਦੇ ਵਿੱਚ ਰਹਿੰਦੀ ਹੈਗੀ, ਰੈਗੂਲਰ ਓਪੜੀ ਹੁੰਦੀ ਹੈਗੀ। ਪੇਸ਼ੈਂਟ ਸਾਡੇ ਕੋਲ ਕਾਫੀ ਮੈਕਸੀਮਮ, ਜਿਵੇਂ ਹਾਈਪਰ ਟੈਨਸ਼ਨ ਵਾਲੇ ਆਉਂਦੇ ਨੇ, ਡਾਇਬਟੀਜ਼ ਵਾਲੇ ਆਉਂਦੇ ਨੇ, ਅੱਛਾ ਕਈ ਵਾਰ ਆਉਂਦੇ ਨੇ ਵੀ ਜਿਨ੍ਹਾਂ ਦੇ ਲਿਪਿਡ ਪ੍ਰੋਫਾਈਲ ਜ਼ਿਆਦਾ ਹੁੰਦੇ, ਖੂਨ ਗਾੜੇ ਵਾਲੇ, ਇੱਦਾਂ ਦੇ ਆਪਣੀ ਸਾਰੀ ਟ੍ਰੀਟਮੈਂਟ ਹੈਗੀ ਆ ਉਹ ਚੱਲਦੀ ਹੈ। ਬਾਕੀ ਬੇਸਿਕ ਖਾਂਸੀ ਜ਼ੁਕਾਮ ਵਾਲੇ ਆਉਂਦੇ ਨੇ। ਪ੍ਰੈਗਨੈਂਟ ਫੀਮੇਲਸ ਵੀ ਆਉਂਦੀਆਂ ਨੇ ਜਿਨ੍ਹਾਂ ਨੂੰ ਟੈਸਟਾਂ ਦੀ ਲੋੜ ਹੁੰਦੀ ਹੈ, ਆਪਾਂ ਉਹ ਸਾਰੇ ਜਿਹੜੇ ਨੇ ਜਿੰਨੇ ਵੀ ਬਲੱਡ ਟੈਸਟ ਹੁੰਦੇ ਨੇ ਮੈਕਸੀਮਮ ਆਫ ਦਾ ਉਹ ਕਰਵਾਉਂਦੇ ਹਾਂ ਇੱਥੇ। ਪੇਸ਼ੈਂਟਸ ਦਾ ਮੈਕਸੀਮਮ ਆਫ ਦਾ ਟਾਈਮ ਪੋਜ਼ਿਟਿਵ ਰਿਸਪੋਂਸ ਹੀ ਸਾਨੂੰ ਮਿਲਦਾ ਹੈਗਾ, ਸਭ ਦਾ ਪੋਜ਼ਿਟਿਵ ਰਿਸਪੋਂਸ ਹੈਗਾ ਸਭ ਦੇ ਵੱਲ ਕਿ ਹਾਂਜੀ ਸਰਕਾਰ ਨੇ ਵੀ ਬਹੁਤ ਅੱਛੀ ਚੀਜ਼ ਦੀ ਸਹੂਲਤ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਹੈ। ਆਮ ਆਦਮੀ ਕਲੀਨਿਕ ਕਿਉਂਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਖੁੱਲ੍ਹ ਗਏ, ਓਬਵੀਅਸਲੀ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਪਹਿਲਾਂ ਕੀ ਹੁੰਦਾ ਸੀਗਾ, ਉਹਨਾਂ ਨੂੰ ਬਾਹਰ ਸਪੈਸ਼ਲੀ ਆਪਣੇ ਪਿੰਡ ਤੋਂ ਬਹੁਤ ਦੂਰ ਜਾਣਾ ਪੈਂਦਾ ਸੀ, ਟਰੈਵਲਿੰਗ ਦੀ ਪ੍ਰੋਬਲਮ ਆਉਂਦੀ ਸੀ, ਜਿਸ ਵਜ੍ਹਾ ਤੋਂ ਅੱਛਾ ਖਰਚੇ ਦੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੰਨਾ ਅਫੋਰਡ ਨਹੀਂ ਕਰ ਸਕਦੇ ਹੈਗੇ ਪਿੰਡਾਂ ਵਾਲੇ। ਇਸ ਲਈ ਉਹਨਾਂ ਲਈ ਇਹ ਚੀਜ਼ ਦੇ ਬਹੁਤ ਸੁਖਾਲਾ ਹੋ ਗਿਆ ਹੋਇਆ ਵੀ ਸਰਕਾਰ ਨੇ ਜਿਹੜਾ ਇੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਨੇਗੇ ਸਾਡੇ। ਬਹੁਤ ਜ਼ਿਆਦਾ ਉਹਨਾਂ ਪੇਸ਼ੈਂਟਸ ਆ ਕੇ ਸਾਨੂੰ ਵੀ ਕਹਿੰਦੇ ਨੇ ਵੀ ਡਾਕਟਰ ਸਾਹਿਬ ਬਹੁਤ ਅੱਛੀ ਚੀਜ਼, ਅਸੀਂ ਬਹੁਤ ਸੌਖੇ ਹੋਏ ਕਿਉਂਕਿ ਸਾਡੇ ਆਪਦੇ ਪਿੰਡ ਦੇ ਵਿੱਚ ਖੁੱਲ੍ਹਿਆ, ਉਹਨਾਂ ਨੂੰ ਕੋਈ ਆਪਦੇ ਪਿੰਡ ਤੋਂ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਟਰੈਵਲਿੰਗ ਦੀ ਪ੍ਰੋਬਲਮ ਜਾਂ ਖਰਚੇ ਦੀ ਪ੍ਰੋਬਲਮ ਕਰਕੇ ਫ੍ਰੀ ਦੇ ਵਿੱਚ ਉਹਨਾਂ ਦੀ ਦਵਾਈਆਂ, ਫ੍ਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਨੇ।
ਤਾਂ ਉਹਨਾਂ ਲਈ ਇਹ ਚੀਜ਼ ਬਹੁਤ ਜ਼ਿਆਦਾ ਸੌਖੀ ਹੋਈ ਹੈਗੀ ਅਤੇ ਬਹੁਤ ਖੁਸ਼ ਨੇ ਪੇਸ਼ੈਂਟ ਦਾ, ਸਭ ਦਾ ਪੋਜ਼ੀਟਿਵ ਰਿਸਪੋਂਸ ਹੀ ਮਿਲਦਾ ਸਾਨੂੰ ਇਸ ਚੀਜ਼ ਲਈ।